ਇਸ ਵੀਡੀਓ ਦੇ ਵਿੱਚ ਆਪਾਂ ਸਾਜ ਕਹਾਣੀ ਦੇ ਪ੍ਰਸ਼ਨ ਉੱਤਰ ਪੜ੍ਹਾਂਗੇ ਇਸ ਕਹਾਣੀ ਦਾ ਸਾਰ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਪੜਾ ਦਿੱਤਾ ਸੀ ਅਗਰ ਤੁਸੀਂ ਹਜੇ ਤੱਕ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਲਿੰਕ ਦਿੱਤਾ ਹੋਇਆ ਹੈਗਾ ਉਸ ਤੇ ਕਲਿੱਕ ਕਰਕੇ ਵੀਡੀਓ ਨੂੰ ਦੇਖ ਸਕਦੇ ਹੋ ਪਹਿਲਾ ਪ੍ਰਸ਼ਨ ਹੈ ਪ੍ਰੋਫੈਸਰ ਸਾਈਕਲ ਚਲਾਉਣ ਦੀ ਆਪਣੀ ਜੀਵਨ ਦੀਆਂ ਮੁਸ਼ਕਿਲਾਂ ਨਾਲ ਸਮਾਨਤਾ ਕਿਵੇਂ ਮਹਿਸੂਸ ਕਰਦਾ ਹੈ ਉੱਤਰ ਜਦੋਂ ਪ੍ਰੋਫੈਸਰ ਦਾ ਸਾਈਕਲ ਟੁੱਟੀ ਪੱਜੀ ਅਤੇ ਉਬਰੇ ਹੋਏ ਰੋੜਿਆਂ ਵਾਲੀ ਸੜਕ ਉਤੇ ਸੱਜੇ ਖੱਬੇ ਡੋਲਦਾ ਤੇ ਵੱਲ ਖਾਂਦਾ ਹੌਲੀ-ਹੌਲੀ ਅੱਗੇ ਵੱਧ ਰਿਹਾ ਸੀ ਤਾਂ ਉਸ ਨੂੰ ਜਾਪਿਆ ਕਿ ਮਨੁੱਖੀ ਜੀਵਨ ਵੀ ਇਸੇ ਤਰ੍ਹਾਂ ਮੁਸ਼ਕਿਲਾਂ ਨਾਲ ਖਾਂਦਾ ਡਿੱਕੇ ਡੋਲੇ ਖਾਂਦਾ ਅੱਗੇ ਵੱਧਦਾ ਹੈ ਦੂਸਰਾ ਪ੍ਰਸ਼ਨ ਹੈ ਹਰ ਪਹਾੜੀ ਦਾ ਭਾਵੇਂ ਉਹ ਕਿੰਡੀ ਉੱਚੀ ਹੋਵੇ ਅੰਤ ਜ਼ਰੂਰ ਹੁੰਦਾ ਹੈ ਪ੍ਰੋਫੈਸਰ ਨੂੰ ਇਹ ਗੱਲ ਕਿਉਂ ਯਾਦ ਆਉਂਦੀ ਹੈ ਉੱਤਰ ਪ੍ਰੋਫੈਸਰ ਨੂੰ ਇਹ ਗੱਲ ਉਦੋਂ ਯਾਦ ਆਉਂਦੀ ਹੈ ਜਦੋਂ ਉਸ ਨੂੰ ਤਲਵਾਨ ਵਾਲੀ ਪੱਕੀ ਸੜਕ ਉੱਤੇ ਰੋਲੇ ਪਏ ਸਾਈਕਲ ਉੱਤੇ ਬੈਠੇ ਆ ਬਚਪਨ ਵਿੱਚ ਪੜੀ ਅੰਗਰੇਜ਼ੀ ਦੇ ਕਪਤਾ ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਦਿਆਂ ਦਾ ਚੇਤਾ ਆਉਂਦਾ ਹੈ ਜਿਸ ਵਿੱਚ ਪਹਾੜੀ ਦੀ ਚੋਟੀ ਉੱਤੇ ਚੜਨ ਲਈ ਜੋਰ ਲਾਉਣ ਤੇ ਉੱਥੋਂ ੜਿਕ ਦੇ ਕੰਭ ਪ੍ਰਾਪਤ ਕਰਨ ਦੀ ਗੱਲ ਕਹੀ ਹੋਈ ਸੀ ਇਸ ਕਪਤਾ ਬਾਰੇ ਸੋਚਦੇ ਆ ਜਦੋਂ ਉਸ ਨੇ ਉਤਰਾਇ ਨੂੰ ਸਰ ਕਰ ਲਿਆ ਤਾਂ ਉਸ ਨੂੰ ਇਸ ਕੱਪੜਾ ਦੀ ਇੱਕ ਤੁਕ ਦੀ ਇਹ ਸਚਾਈ ਯਾਦ ਆ ਜਾਂਦੀ ਹੈ ਕਿ ਹਰ ਪਹਾੜੀ ਭਾਵੇਂ ਕਿੰਨੀ ਉੱਚੀ ਹੋਵੇ ਉਸ ਦਾ ਅੰਤ ਜ਼ਰੂਰ ਹੁੰਦਾ ਹੈ ਤੀਸਰਾ ਪ੍ਰਸ਼ਨ ਹੈ ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਤੇ ਸਾਈਕਲ ਗਰੀਬਾਂ ਦੀ ਸਵਾਰੀ ਹੈ ਪ੍ਰੋਫੈਸਰ ਦੇ ਮਨ ਵਿੱਚ ਇਹ ਸਵਾਲ ਕਿਉਂ ਆਉਂਦੇ ਹਨ ਉੱਤਰ ਇਹ ਸਵਾਲ ਪ੍ਰੋਫੈਸਰ ਦੇ ਮਨ ਵਿੱਚ ਉਦੋਂ ਆਉਂਦੇ ਹਨ ਜਦੋਂ ਉਸ ਦੇ ਮਨ ਵਿੱਚ ਸਾਈਕਲ ਦੇ ਰੂਪ ਵਿੱਚ ਜੋੜੇ ਦੋ ਪਹੀਆਂ ਦੀ ਸਵਾਰੀ ਦਾ ਤੇਜ਼ ਸਾਧਨ ਬਣਨ ਬਾਰੇ ਖਿਆਲ ਉਪਜਦੇ ਹਨ ਤੇ ਨਾਲ ਹੀ ਉਸ ਨੂੰ ਇੱਕ ਭਾਰਤੀ ਲੀਡਰ ਦਾ ਬਿਆਨ ਯਾਦ ਆਉਂਦਾ ਹੈ ਜਿਸ ਵਿੱਚ ਉਸਨੇ ਕਿਹਾ ਸੀ ਕਿ ਜਿੱਥੇ ਦੂਜੇ ਦੇਸ਼ਾਂ ਵਿੱਚ ਸputnikਾਂ ਹਵਾਈ ਜਹਾਜ਼ਾਂ ਤੇ ਕਾਰਾਂ ਦਾ ਯੁੱਗ ਆ ਗਿਆ ਹੈ ਉੱਥੇ ਭਾਰਤ ਹਾਲੀਮ ਅਸੀਂ ਸਾਈਕਲ ਯੁੱਗ ਤੱਕ ਪਹੁੰਚੀ ਆਏ ਲੀਡਰ ਦੇ ਇਸ ਖਿਆਲ ਤੇ ਲੇਖਕ ਨੂੰ ਯਾਦ ਆਉਂਦਾ ਹੈ ਕਿ ਭਾਰਤ ਵਿੱਚ ਵੀ ਉਹਨਾਂ ਲੋਕਾਂ ਦੀ ਪ੍ਰਤੀਸ਼ਤ ਬਹੁਤ ਘੱਟ ਹੈ ਜਿਨੀਆਂ ਨੂੰ ਸਾਈਕਲ ਨਸੀਬ ਹੈ ਉਸ ਨੂੰ ਚਾਅਦਾ ਹੈ ਕਿ ਸਾਈਕਲ ਭਾਰਤ ਵਿੱਚ ਸੱਚਮੁੱਚ ਹੀ ਗਰੀਬਾਂ ਦੀ ਸਵਾਰੀ ਹੈ ਤੇ ਇਹ ਉਹਨਾਂ ਦੀ ਗਰੀਬੀ ਦਾ ਸੂਚਕ ਹੈ ਚੌਥਾ ਪ੍ਰਸ਼ਨ ਪ੍ਰੋਫੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦੇ ਕਿਹੜੇ-ਕਿਹੜੇ ਕਾਰਨ ਸਮਝਦਾ ਹੈ ਉੱਤਰ ਪ੍ਰੋਫੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦਾ ਇੱਕ ਕਾਰਨ ਤਾਂ ਮਹੀਨੇ ਦਾ ਅੰਤ ਹੋਣ ਕਰਕੇ ਆਪਣੀ ਜੇਬ ਵਿੱਚ ਕੇਵਲ 30 ਪੈਸੇ ਹੋਣਾ ਸਮਝਦਾ ਹੈ ਦੂਜਾ ਕਾਰਨ ਉਸਦੇ ਪੁੱਤਰ ਦਿਨੇਸ਼ ਦੀ ਰਸਖਾਨ ਦੀ ਮੰਗ ਹੈ ਜੋ ਕੇਵਲ 30 ਪੈਸਿਆਂ ਦਾ ਆਉਂਦਾ ਸੀ ਉਸ ਨੂੰ ਦੁੱਖ ਸੀ ਕਿ ਉਹ ਆਪਣੇ ਬੱਚੇ ਦੀ ਖੁਸ਼ੀ ਲਈ ਇੰਨੇ ਪੈਸੇ ਵੀ ਨਹੀਂ ਸੇ ਖਰਚ ਸਕਿਆ ਇਸ ਦੇ ਨਾਲ ਹੀ ਉਸਨੇ ਤੋਬੀ ਦੇ ਪੈਸੇ ਵੀ ਦੇਣੇ ਸਨ ਤੀਜਾ ਉਸਦੀ ਹੋਮੀ ਨੇ ਉਸਨੂੰ ਕਿਸੇ ਕੋਲੋਂ ਪੈਸੇ ਮੰਗ ਕੇ ਬੁੱਢੇ ਦੀ ਲੋੜ ਪੂਰੀ ਕਰਨ ਤੋਂ ਵਰਜਿਆ ਪੰਜਵਾਂ ਪ੍ਰਸ਼ਨ ਹੈ ਪ੍ਰੋਫੈਸਰ ਲਾਲ ਚਿਹਰੇ ਵਾਲੇ ਸਾਈਕਲ ਸਵਾਰ ਬਾਰੇ ਕੀ ਕੀ ਸੋਚਦਾ ਹੈ ਉੱਤਰ ਪ੍ਰੋਫੈਸਰ ਨੂੰ ਲਾਲ ਚਿਹਰੇ ਵਾਲਾ ਸਾਈਕਲ ਸਵਾਰ ਪਾਜੜ ਵਿੱਚ ਜਾਪਿਆ ਉਸਨੇ ਦੇਖਿਆ ਸੀ ਕਿ ਉਸਨੇ ਬੁੱਢੀ ਨਾਲ ਗੱਲ ਜ਼ਰੂਰ ਕੀਤੀ ਸੀ ਪਰ ਉਸਨੇ ਮਾਈ ਦੀ ਸਹਾਇਤਾ ਲਈ ਉਸਨੂੰ ਆਪਣੇ ਸਾਈਕਲ ਉੱਤੇ ਨਹੀਂ ਸੀ ਬਿਠਾਇਆ ਜਿਸ ਕਰਕੇ ਉਹ ਉਸਨੂੰ ਪੱਥਰ ਦਿਲ ਇਨਸਾਨ ਜਾਪਿਆ ਕਹਾਣੀ ਦੇ ਅੰਤ ਵਿੱਚ ਜਦੋਂ ਉਹ ਲੋੜਵੰਦ ਬੁੱਢੀ ਦੀ ਸਹਾਇਤਾ ਲਈ ਆ ਜਾਂਦਾ ਹੈ ਤਾਂ ਉਹ ਉਸਨੂੰ ਆਪਣੇ ਵਰਗਾਈ ਦੁਖੀਆਂ ਲਈ ਸੰਵੇਦਨਸ਼ੀਲ ਪ੍ਰਤੀਤ ਹੁੰਦਾ ਹੈ ਛੇਵਾਂ ਪ੍ਰਸ਼ਨ ਹੈ ਸਾਂਝ ਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਆਇਆ ਹੈ ਉੱਤਰ ਇਸ ਕਹਾਣੀ ਵਿੱਚ ਮਨੁੱਖ ਦੀ ਅੰਦਰ ਦੁਖੀ ਤੇ ਮਹਤਾਜ ਆਦਮੀ ਲਈ ਸੰਵੇਦਨਸ਼ੀਲਤਾ ਤੇ ਹਮਦਰਦੀ ਦੀ ਸਾਂਝ ਦਾ ਜ਼ਿਕਰ ਆਇਆ ਹੈ ਸਤਵਾਂ ਪ੍ਰਸ਼ਨ ਹੈ ਸਾਂਝ ਕਹਾਣੀ ਦੇ ਪਾਤਰ ਪ੍ਰੋਫੈਸਰ ਦਾ ਸੁਭਾਅ ਲਿਖੋ ਉੱਤਰ ਪ੍ਰੋਫੈਸਰ ਸਾਂਝ ਕਹਾਣੀ ਦਾ ਮੁੱਖ ਪਾਤਰ ਹੈ ਉਹ ਪੜਿਆ ਲਿਖਿਆ ਹੈ ਉਸ ਨੂੰ ਬੁੱਢੇ ਵਾਰੇ ਨੌਕਰੀ ਮਿਲੀ ਸੀ ਜਿਸ ਕਰਕੇ ਉਹ ਮੁੱਲੀ ਤਨਖਾਹ ਉੱਤੇ ਹੀ ਗੁਜ਼ਾਰਾ ਕਰ ਰਿਹਾ ਸੀ ਉਸ ਦੇ ਘਰ ਵਿੱਚ ਗਰੀਬੀ ਸੀ ਪਰੰਤੂ ਇਸ ਦੁਆਰਾ ਪੈਣੀ ਤੋਬੀ ਦੀ ਤੋਤੀ ਚਿੱਟੀ ਪਤਲੂਨ ਤੇ ਬੂ ਸ਼ਰਟ ਕਰਕੇ ਉਸ ਦੇ ਗਰੀਬੀ ਲੋਕਾਂ ਨੂੰ ਦਿਖਾਈ ਨਹੀਂ ਸੀ ਦਿੰਦੀ ਜਦੋਂ ਉਸ ਨੂੰ ਸਾਈਕਲ ਦੀ ਸਵਾਰੀ ਦੇ ਗਰੀਬ ਦੀ ਸਵਾਰੀ ਹੋਣ ਦਾ ਅਹਿਸਾਸ ਹੁੰਦਾ ਹੈ ਉਸ ਨੂੰ ਇਹ ਹਿੰਤਾ ਭਰਿਆ ਅਹਿਸਾਸ ਹੁੰਦਾ ਹੈ ਕਿ ਉਸ ਦੀ ਕਾਲੀ ਤੇ ਗਲੀਚ ਗਰੀਬੀ ਬਾਹਰ ਦਿਸ ਰਹੀ ਹੋਵੇ ਗਰੀਬੀ ਕਾਰਨ ਹੀ ਮਹੀਨੇ ਦੇ ਅੰਤ ਵਿੱਚ ਉਸ ਦੀ ਜੇਬ ਵਿੱਚ ਕੇਵਲ 30 ਪੈਸੇ ਰਹਿ ਜਾਂਦੇ ਹਨ ਜਿਨ੍ਹਾਂ ਨਾਲ ਉਹ ਨਾ ਆਪਣੇ ਬੱਚੇ ਨੂੰ ਰਸ ਲੈ ਕੇ ਦੇ ਸਕਦਾ ਹੈ ਨਾ ਤੋਬੀ ਦੇ ਪੈਸੇ ਦੇ ਸਕਦਾ ਹੈ ਤੇ ਨਾ ਹੀ ਬੁੱਢੀ ਦੀ ਸਹਾਇਤਾ ਕਰ ਸਕਦਾ ਹੈ ਉਸ ਦੀ ਹੋਂਮੇ ਉਸ ਨੂੰ ਕਿਸੇ ਤੋਂ ਪੈਸੇ ਮੰਗਣ ਤੋਂ ਵੀ ਵਰਜਦੀ ਹੈ ਉਹ ਨੇਕੀ ਤੇ ਮਜਬੂਰੀ ਦੀ ਦੁਵਿਧਾ ਵਿੱਚ ਫਸਿਆ ਆਖਰ ਮਜਬੂਰੀ ਹੱਥੋਂ ਹਾਰ ਜਾਂਦਾ ਹੈ ਉਹ ਜੋ ਸੰਵੇਦਨਸ਼ੀਲ ਵਿਅਕਤੀ ਹੈ ਜਿੱਥੇ ਉਸ ਨੂੰ ਬੁੱਢੀ ਦੇ ਸਰੀਰ ਤੇ ਕੱਪੜਿਆਂ ਦੀ ਗੰਦਗੀ ਤੋਂ ਉਸ ਨੂੰ ਕ੍ਰੀਚ ਆਉਂਦੀ ਹੈ ਉੱਤੇ ਉਸ ਦੀ ਇਨਸਾਨੀਅਤ ਤੇ ਅੰਤਰਾਤਮਾ ਉਸ ਤੋਂ ਉਸ ਦੀ ਸਹਾਇਤਾ ਕਰਾਉਂਦੀ ਹੈ ਉਹ ਜੋ ਭਾਵੇਂ ਬੁੱਢਾਪੇ ਵਿੱਚ ਦਾਖਲ ਹੋ ਰਿਹਾ ਸੀ ਪਰ ਸਰੀਰੋਂ ਤਕੜਾ ਸੀ ਉਸ ਨੂੰ ਆਪਣੇ ਬੁੱਢੀ ਪ੍ਰਤੀ ਰਵੱਈਏ ਤੋਂ ਚਿਹਰੇ ਵਾਲਾ ਨੌਜਵਾਨ ਪਹਿਲਾ ਪੱਥਰ ਦੇ ਇਲਜ਼ਾਬ ਦਾ ਹੈ ਪਰੰਤੂ ਮਗਰੋਂ ਆਪਣੇ ਵਰਗਾ ਹੀ ਸੰਵੇਦਨਸ਼ੀਲ ਤੇ ਮਨੁੱਖੀ ਦਰਦ ਨਾਲ ਭਰਪੂਰ ਅਠਵਾਂ ਪ੍ਰਸ਼ਨ ਹੈ ਲਾਲ ਚਿਹਰੇ ਵਾਲੇ ਸਾਈਕਲ ਸਵਾਰ ਨੌਜਵਾਨ ਦਾ ਸੁਭਾਅ ਲਿਖੋ ਉੱਤਰ ਲਾਲ ਚਿਹਰੇ ਵਾਲਾ ਜਵਾਨ ਸਾਜ ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਖੜਖੜ ਕਰਦੇ ਸਾਈਕਲ ਉੱਤੇ ਸ਼ਹਿਰ ਜਾ ਰਿਹਾ ਸੀ ਪ੍ਰੋਫੈਸਰ ਜਦੋਂ ਉਸਨੂੰ ਬੁੱਢੀ ਨਾਲ ਗੱਲ ਕਰਕੇ ਅੱਗੇ ਲੰਘ ਗਿਆ ਦੇਖਦਾ ਹੈ ਤਾਂ ਉਹ ਉਸਨੂੰ ਇੱਕ ਪੱਥਰਦਿਲ ਇਨਸਾਨ ਜਾਪਦਾ ਹੈ ਪਰੰਤੂ ਮਗਰੋਂ ਜਦੋਂ ਉਹ ਬੁੱਢੀ ਦੀ ਸਹਾਇਤਾ ਕਰਦਾ ਹੈ ਤਾਂ ਉਹ ਉਸਨੂੰ ਆਪਣੇ ਵਰਗਾ ਹੀ ਸੰਵੇਦਨਸ਼ੀਲ ਤੇ ਮਨੁੱਖੀ ਦਰਦ ਨਾਲ ਭਰਪੂਰ ਵਿਅਕਤੀ ਜਾਪਦਾ ਹੈ ਨੋਵਾਂ ਪ੍ਰਸ਼ਨ ਹੈ ਬੁੱਢੀ ਮਾਈ ਦਾ ਸੁਭਾਅ ਲਿਖੋ ਉੱਤਰ ਬੁੱਢੀ ਮਾਈ ਸਾੰਜ ਕਹਾਣੀ ਦੀ ਮਹੱਤਵਪੂਰਨ ਪਾਤਰ ਹੈ ਉਹ ਬਹੁਤ ਹੀ ਬੁੱਢੀ ਸੁੱਕੀ ਹੋਈ ਤੇ ਭੁਗੜੀ ਸੀ ਉਸ ਦੀ ਨਜ਼ਰ ਕਮਜ਼ੋਰ ਤੇ ਪੈਰ ਨੰਗੇ ਸਨ ਉਸ ਨੇ ਕਾਲੀ ਗੰਦੀ ਤੇ ਰੰਗ-ਬਰੰਗੀਆਂ ਟਾਕੀਆਂ ਵਾਲੀ ਸੁੱਥਣ ਪਾਈ ਹੋਈ ਸੀ ਉਸ ਦੇ ਕੁਰਤੇ ਦਾ ਰੰਗ ਮੈਲ ਕਾਰਨ ਪਛਾਣਿਆ ਨਹੀਂ ਸੀ ਜਾਂਦਾ ਉਸ ਦੀ ਚੁੰਨੀ ਤੰਦੋ-ਤੰਦ ਸੀ ਉਸ ਦੇ ਹੱਥ ਵਿੱਚ ਗੰਦਾ ਝੋਲਾ ਸੀ ਉਸ ਦੇ ਹੱਥ ਵਿੱਚ ਟੁੱਟੀ ਹੋਈ ਤੂਤ ਦੀ ਸੋਟੀ ਸੀ ਉਸ ਦਾ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਮਨ ਪਿੱਚਕ ਗਿਆ ਸੀ ਉਸ ਦਾ ਕੋਈ ਅੰਗ ਸਾਖ ਨਹੀਂ ਸੀ ਉਹ ਜੇੜੀ ਸੰਗਰਾਂ ਦੇ ਦਿਨ 13 14 ਮੀਲ ਤੁਰ ਤੁਰ ਕੇ ਗੁਰਦੁਆਰੇ ਗਏ ਸੀ ਤੇ ਵਾਪਸੀ ਤੇ ਪ੍ਰੋਫੈਸਰ ਨੂੰ ਸਾਈਕਲ ਉੱਤੇ ਚੜਾ ਕੇ ਸਫ਼ਰ ਮੁਕਾਉਣ ਲਈ ਸਹਾਇਤਾ ਕਰਨ ਲਈ ਹਾੜੇ ਕਰਦੀ ਹੈ ਮਗਰੋਂ ਪ੍ਰੋਫੈਸਰ ਵਾਂਗ ਹੀ ਚਿਹਰੇ ਵਾਲਾ ਨੌਜਵਾਨ ਉਸ ਦੀ ਸਹਾਇਤਾ ਕਰਦਾ ਹੈ ਉਹ ਸਹੇੜੇ ਪਿੰਡ ਵਿੱਚ ਇੱਕ ਝੁੱਗੀ ਵਿੱਚ ਰਹਿੰਦੀ ਸੀ ਜੇਕਰ ਆਣ ਗੁਆਂਢ ਕੁਝ ਦੇਵੇ ਤਾਂ ਖਾ ਲੈਂਦੀ ਸੀ ਪਰ ਮੰਗਣ ਨਹੀਂ ਜਾਂਦੀ ਤੇ ਭੁੱਖੀ ਰਹਿ ਲੈਂਦੀ ਸੀ 10ਵਾਂ ਪ੍ਰਸ਼ਨ ਹੈ ਸਾਜ ਕਹਾਣੀ ਦੀ ਪਿਠਭੂਮੀ ਵਿੱਚ ਬਣੀਆਂ ਪਰਸਿੱਤਿਆਂ ਨਾਲੋਂ ਅਚੋਕੀਆਂ ਪਰਸਿੱਤਿਆਂ ਕਿਵੇਂ ਭਿੰਨ ਹਨ ਉੱਤਰ ਸਾਜ ਕਹਾਣੀ ਦੀ ਪਿਠਭੂਮੀ ਵਿੱਚ ਬਣੀਆਂ ਪਰਸਿੱਤਿਆਂ ਨਾਲੋਂ ਅਚੋਕੀਆਂ ਪਰਸਿੱਤਿਆਂ ਦਾ ਸਮੇਂ ਨਾਲ ਫਰਕ ਪੈ ਗਿਆ ਹੈ ਹੁਣ ਵੀ ਸੜਕਾਂ ਬਹੁਤੀਆਂ ਚੰਗੀਆਂ ਤਾਂ ਨਹੀਂ ਪਰ ਪਹਿਲਾਂ ਨਾਲੋਂ ਬਹੁਤ ਫਰਕ ਹੈ ਹੁਣ 13 14 ਮੀਲ ਦਾ ਪੈਦਲ ਸਫਰ ਕੋਈ ਘੱਟ ਹੀ ਕਰਦਾ ਹੈ ਬੱਸਾਂ ਦੀ ਆਵਾਜ਼ਾਈ ਵਧੇਰੇ ਹੈ ਤੇ ਸਾਈਕਲ ਦੀ ਥਾਂ ਲੋਕਾਂ ਕੋਲ ਕਾਰ ਆ ਗਈਆਂ ਹਨ ਪਹਿਲਾਂ ਨਾਲੋਂ ਕੱਪੜਿਆਂ ਦੀ ਗੰਦਗੀ ਵੀ ਘਟੀ ਹੈ